ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ। ਮੈਂ ਤੁਹਾਡਾ ਦੋਸਤ ਬਲਜਿੰਦਰ ਸਿੰਘ ਮਾਨ ਤੁਹਾਡੇ ਆਪਣੇ ਚੈਨਲ ਪੰਜਾਬੀ ਫਲੋਪਰ ਤੇ ਆਪ ਸਭ ਦਾ ਸਵਾਗਤ ਕਰਦਾ ਜੀ। ਅੱਜ ਆਪਾਂ ਪਹੁੰਚ ਚੁੱਕੇ ਹਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ। ਮੀਂਹ ਪਿਆ ਹੋਇਆ, ਟਰੈਕਟਰ ਕਾਫੀ ਆ ਰਹੇ ਆ, ਟਰੈਕਟਰ ਕਾਫੀ ਹਜੇ ਮਤਲਬ ਟਾਈਮ ਲੱਗ ਜੂਗਾ, ਇੱਕ ਘੰਟਾ ਡੇਢ ਘੰਟੇ ਦੇ ਵਿੱਚ ਮੰਡੀ ਪੂਰੀ ਭਰ ਜੂਗੀ। ਵੈਸੇ ਤਾਂ 2 ਵਜੇ ਦੇ ਕਰੀਬ ਮੰਡੀ ਜਿਹੜੀ ਭਰ ਜਾਂਦੀ ਆ, ਅਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੇ ਟਰੈਕਟਰਾਂ ਦੇ ਪ੍ਰਾਈਜ਼ ਆ ਤੁਸੀਂ ਈਜ਼ਲੀ ਇੱਥੇ ਕੰਮ ਕਰਵਾ ਸਕਦੇ ਹੋ, ਕਿਉਂਕਿ ਉਹ ਡਿਮਾਂਡ ਹੁੰਦੀ ਆ। ਜਿਹੜੇ ਮੈਂ ਪ੍ਰਾਈਜ਼ ਦੱਸੂੰਗਾ ਤਾਂ ਤੁਸੀਂ ਈਜ਼ਲੀ ਇੱਥੇ ਆ ਕੇ ਕੰਮ ਕਰਵਾ ਸਕਦੇ ਹੋ ਪ੍ਰਾਈਜ਼। ਉਸ ਤੋਂ ਬਾਅਦ ਨੰਬਰ 2 ਤੇ ਆ ਜਾਂਦੇ, ਤੁਸੀਂ ਟਰੈਕਟਰ ਆਪਦਾ ਚੈੱਕ ਕਰਕੇ ਲਿਆ ਸਕਦੇ ਹੋ। ਉਸ ਤੋਂ ਬਾਅਦ ਸਟੈਪ ਬਾਏ ਸਟੈਪ ਤੁਹਾਨੂੰ ਪ੍ਰਾਈਜ਼ ਦੱਸੂਗਾ, ਅਤੇ ਕੰਟੈਕਟ ਨੰਬਰ ਲੈਣ ਦੀ ਵੀ ਆਪਾਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਹੋ ਸਕੇ। ਅਤੇ ਜਿਹੜੇ ਨਵੇਂ ਵਿਊਅਰ ਆਏ ਚੈਨਲ 'ਤੇ ਪਲੀਜ਼ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਉਹ ਮਿਲਦਾ ਰਹੂਗਾ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ, ਅਤੇ ਬਣੇ ਰਹੋ ਚੈਨਲ 'ਤੇ। ਅਤੇ ਉਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ, ਨਸਮਕ ਹੁੰਦੇ ਹਾਂ ਅਤੇ ਮੱਥਾ ਟੇਕ ਕੇ ਆਉਂਦੇ ਹਾਂ। ਉਸ ਤੋਂ ਬਾਅਦ ਫਿਰ ਸ਼ੁਰੂ ਕਰਾਂਗੇ ਉਦੋਂ ਤੱਕ ਜਿਹੜੇ ਕਿ ਟਰੈਕਟਰਾਂ ਆ ਜਾਣਗੇ ਕਾਫੀ। ਅਤੇ ਮੰਡੀ ਦੀ ਮੈਂ ਤੁਹਾਨੂੰ ਸ਼ਾਇਦ ਕਲਿੱਪ ਦਿਖਾ ਦੇਵਾਂ ਕਿੱਥੋਂ ਤੱਕ ਲੱਗਦੀ ਆ ਮੰਡੀ, ਕਿਉਂਕਿ ਕਾਫੀ ਵੱਡੀ ਮੰਡੀ ਹੈ ਇਹ। ਇੱਧਰ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ, ਉਹ ਪਿੱਛੇ ਤੱਕ ਆ, ਉਦੋਂ ਪਰਲੀ ਸਾਈਡ ਵੀ ਆ, ਜਿਹੜਾ ਕੋਠਾ ਨਜ਼ਰ ਆ ਰਿਹਾ ਉਦੋਂ ਪਰਲੀ ਸਾਈਡ ਵੀ ਟਰੈਕਟਰ ਲੱਗਦੇ ਆ। ਇਹਦੇ ਮੇਰੇ ਸਾਹਮਣੇ ਆ, ਇੱਧਰ ਵੀ ਵੱਡਾ ਬਹੁਤ ਸਾਰਾ ਵੱਡਾ ਪਲਾਟ ਆ, ਇੱਥੇ ਵੀ ਜਿਹੜੇ ਕਿ ਟਰੈਕਟਰ ਲੱਗਦੇ ਆ। ਅਤੇ ਚਲੋ ਜੀ, ਬਣੇ ਰਹੋ ਚੈਨਲ 'ਤੇ, ਠੀਕ ਆ ਜੀ, ਮਿਲਦੇ ਹਾਂ ਫਿਰ। ਹਾਂਜੀ, ਟਰੈਕਟਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦਰਸ਼ਨ ਕਰਨ ਚੱਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਘਰ, ਅਤੇ ਦਰਸ਼ਨ ਕਰਕੇ ਆਪਣੇ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਜਿੰਨਾ ਤੱਕ ਵੀ ਆਪਣੇ ਤੋਂ ਪੋਸੀਬਲ ਹੋਈ ਬਣਾਉਂਦੇ ਹਾਂ। ਅਤੇ ਮਿਲਦੇ ਹਾਂ ਫਿਰ ਜੀ। ਹਾਂਜੀ, ਆਪਾਂ ਪਹੁੰਚ ਚੁੱਕੇ ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ, ਜਿਹੜੇ ਕਿ ਮੱਥਾ ਟੇਕ ਕੇ ਦਰਸ਼ਨ ਕਰਕੇ ਹੁਣ ਆਪਾਂ ਮੰਡੀ ਦੇ ਵਿੱਚ ਹਾਂ। ਤੁਹਾਨੂੰ ਦਿਖਾਉਂਦੇ ਹਾਂ ਫਿਰ ਟਰੈਕਟਰ ਆ, ਸਟੈਪ ਬਾਏ ਸਟੈਪ ਪ੍ਰਾਈਜ਼, ਅਤੇ ਬਣੇ ਰਹੋ। ਵੀਡੀਓ ਨੂੰ ਚੱਲਦੀ ਚੱਲਦੀ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ, ਲਾਈਕ ਕਰਦਿਆ ਕਰੋ ਜੀ। ਚਲੋ ਫਿਰ ਆਪਾਂ ਦਿਖਾਉਂਦੇ ਤੁਹਾਨੂੰ ਟਰੈਕਟਰ, ਠੀਕ ਆ ਜੀ। ਹਾਂਜੀ, ਅਤੇ ਕਾਫੀ ਟਾਈਮ ਹੋ ਗਿਆ, ਟਰੈਕਟਰ ਹਜੇ ਵੀ ਕਾਫੀ ਆ ਰਹੇ ਆ, ਅਤੇ ਮੰਡੀ ਹੈ ਜਿਹੜੀ ਬਹੁਤ ਜ਼ਿਆਦਾ ਵੱਡੀ, ਅਤੇ ਮੰਡੀ ਭਰ ਚੁੱਕੀ ਹੈ। ਹੁਣ ਆਪਾਂ ਇਹਨੂੰ ਕਹਿ ਸਕਦੇ ਵੀ ਟਰੈਕਟਰਾਂ ਦਾ ਹੜ੍ਹ ਆ ਗਿਆ, ਅਤੇ ਕਈ ਪਾਰਟਾਂ 'ਚ ਡਿਵਾਈਡਡ ਕਰਨੀ ਪਊਗੀ। ਅਤੇ ਬਣੇ ਰਹੋ ਚੈਨਲ 'ਤੇ, ਆਪਾਂ ਕਰਦੇ ਹਾਂ ਸਟਾਰਟ, ਹੈ ਨਾ ਜੀ। ਅਤੇ ਇੱਧਰੋਂ ਲੱਗਦੇ ਹਾਂ ਫਿਰ ਆਪਾਂ ਟਰੈਕਟਰ 'ਤੇ, ਪ੍ਰਾਈਜ਼ ਤੁਹਾਨੂੰ ਦੱਸਦੇ ਹਾਂ ਸਟੈਪ ਬਾਈ ਸਟੈਪ। 855 FE3 Star 13 ਮਾਡਲ ਆ, 4 ਲੱਖ ਅਤੇ 5000 ਪ੍ਰਾਈਜ਼ ਰੱਖਿਆ ਗਿਆ ਜੀ ਇਹਦਾ। ਕੰਡੀਸ਼ਨ ਦੇਖ ਸਕਦੇ ਹੋ, ਟਰੈਕਟਰ ਸਾਫ਼ ਪਿਆ ਜੀ। ਯੋਂਡੀਅਰ 5310 ਨਿਊ ਟਾਇਰ ਆ, ਬਿਲਕੁਲ 4 ਨਿਊ ਟਾਇਰ ਆ ਜੀ ਇਹਦੇ। 10 ਮਾਡਲ ਆ, 5,30,000 ਪ੍ਰਾਈਜ਼ ਆ ਜੀ। ਪਿਆਵ ਨੰਬਰ ਆ PV46। ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਟਰੈਕਟਰ ਦੀ, ਬਹੁਤ ਸਾਫ਼ ਪਿਆ ਜੀ ਟਰੈਕਟਰ। ਇੱਧਰ ਆ ਜਾਂਦੇ ਮਹਿੰਦਰਾ 575 DI 91 ਮਾਡਲ, 1,25,000 ਪ੍ਰਾਈਜ਼ ਮੰਗਿਆ ਹੋਇਆ ਜੀ। ਟਰੈਕਟਰ ਦੀ ਕੰਡੀਸ਼ਨ ਤੁਹਾਨੂੰ ਮੈਂ ਦਿਖਾ ਦਿੰਦਾ ਜੀ। ਮੈਂ ਮੰਡੀ ਦੇ ਯਾਰ
स्वराज 735 एफ ई कंडीशन देख सकते हो ट्रैक्टर की भी। नड़ियानवे मॉडल 175,000 प्राइस है यदा। पैंती ग्यारह आ जाता इधर। 94 मॉडल 112,000 प्राइस है जी। कंडीशन तुम दिखा देने ट्रैक्टर की। आठ सौ 55 एफ ई 53 नंबर 2006 मॉडल 320,000 प्राइस है जी। मैं एक बार फिर कह रहा हूँ प्राइजा से ना जाया करो, इजली काम करवा सकते हो तुम इतने आके। तो देख सकते हो ट्रैक्टर की कंडीशन बहुत साफ रही है। तो वीडियो चलती चलती लाइक एंड शेयर जरूर कर दिया करो जी। तो इधर आता सोना लीका DI 750 12 मॉडल 370,000 प्राइज मंगया हुआ जी। ट्रैक्टर की कंडीशन तुम देख सकते हो। इधर 855 फोर स्टार है जी। हुड वाली छतरी लगी हुई है। 18 मॉडल 600,000 की डिमांड की हुई है। टायर बिल्कुल न्यू आ, कंडीशन साफ है ट्रैक्टर की। इधर आए थे 69,000 कंडीशन इस ट्रैक्टर की भी बहुत साफ पई है जी। 98 मॉडल 260,000 प्राइस है। पावर स्टेयरिंग होया गया। मॉडल है 270,000 प्राइस है जी। आठ सौ 855 टू स्टार आ जाता जी। टायर ये जड़े कि पिछले बिल्कुल न्यू आ। 2002 मॉडल है 275,000 प्राइस है जी। कंडीशन तुम देख सकते हो। अदर महिंद्रा 265 DI आ जाता। 2001 मॉडल 230,000 प्राइस है जी। 53 नंबर PV13। इधर न्यू हॉलैंड 36T प्लस आ जाता जी। 12 प्लस 3 स्पीड वाला ट्रैक्टर की कंडीशन तुम दिखा दें। 12 मॉडल 470,000 प्राइस है जी। इधर भी 36T प्लस आ जाता जी। 8 मॉडल 370,000 प्राइस है भी। टायर बिल्कुल साफ है, न्यू पे है जी। कंडीशन तुम देख सकते हो ट्रैक्टर की। मैसी 245 DI आ जाता जी। इधर टायर बिल्कुल न्यू आ, कंडीशन बहुत साफ है जी ट्रैक्टर। तो तुम मॉडल वगैरह दस दें। मॉडल है 8295 की मांड है। स्वराज 855 FE आ, 4 स्टार। टायर बिल्कुल न्यू आ ट्रैक्टर की, कंडीशन बहुत साफ ही है। दो हज़ार 15 मॉडल है। तो 542,000 प्राइस है। क्लोज कर रहे इंजन। इधर आ जाते पुराने वाला मॉडल 855। छियानवे मॉडल 185,000 प्राइस है जी। 855 FE आ, 5 स्टार। 16-9 के टायर है। ट्रैक्टर बिल्कुल न्यू है जी। 2019 मॉडल है। 652,000 प्राइस है। साडा भी ट्रैक्टर नंबर दस दोगे भी अपना? 94-651 जी। 94-651 97-500 जी। 97-560 जी। 60 कंटैक्ट कर लियो जी जो ट्रैक्टर बाय करना चाहते हो। इधर स्वराज 735 FE आ, 40 वाट का ट्रैक्टर देख रहे हैं। ऐसा आ गया इधर
99 मॉडल है, 70,000 प्राइस रखे हो जी। कंडीशन तुम वेख चुके हो, इधर फोर्ड 3600 92 मॉडल, 1,45,000 प्राइस है, 50 नंबर है जी। ट्रैक्टर साफ है जी, स्वराज 735 एफ ई इधर आ जाता जी। तो यदा है 50 नंबर 13 PV 13, 94 मॉडल, 1,27,000 प्राइस रखा गया जी। स्वराज 855 3 स्टार आ जाता जी, कंडीशन देख लो। तो यह है जी 13 मॉडल है जी, 2,75,000 प्राइस है जी। तो इधर आ जाते 99 मॉडल, 1,11,000 का, यह हैगा जी महिंद्रा 255 ब्ल्यू कलर च, 911 96 मॉडल, 2,65,000 प्राइज है, 50 नंबर है जी। ताड़ा ही ट्रैक्टर, अपना नंबर बोल दोगे जी? 99 553 60 84 60 684 है जी। 98 815 हाँ जी हाँ जी, कोई चक्कर नहीं होगा। 98 484 ठीक है जी। 911 जी अपना, हाँ जी, इन्होंने कंटैक्ट कर सकते हो नंबर पर, ठीक है। पिंड घूमण कला इधर आता है, न्यू हॉलैंड 3612 प्लस 3 स्पीड के नाल टायर तुम देख सकते हो ट्रैक्टर के, तो कंडीशन भी देख सकते हो, बाकी चला के चेक करके तुम आप ले आ सकते हो ट्रैक्टर। यह है जी मॉडल 13,465,000 प्राइस डिमांड है जी। फार्म ट्रैक 60 EPI पावर स्टेयरिंग 2014 मॉडल, 435,000 प्राइस है जी। इधर महिंद्रा 275 DI 99 मॉडल, 1,65,000 प्राइस है जी। कंडीशन तुम देख सकते हो ट्रैक्टर की, ट्रैक्टर की कंडीशन साफ पी है जी, टायर जरूर भाल दे ट्रैक्टर पिछले। हाँ इधर मशीन भी आ जाए तूड़ी वाले काफ़ी है, स्टार रीपर आए हैं। तो अगर तुम कमेंट जो करके कमेंट करोगे, अगर डिमांड करते हो तो आप जरूर वीडियो बनावे। काफ़ी आई मशीन जी, इधर आ जाता ट्रैक्टर फार्म ट्रैक 60 2018 मॉडल, 565,000 प्राइस है जी। कंडीशन बहुत साफ है ट्रैक्टर की, 14-28 के टायर। सोना लिखा डी 750 3RX आ जाता जी, 2013 मॉडल है, 415,000 प्राइस है जी। वीर जी ताड़ा ट्रैक्टर, अपना नंबर बोल दोगे भाई? आवली सोनालिका DI 750 2005 मॉडल, 2,80,000 प्राइस है जी। ट्रैक्टर की कंडीशन तुम देख सकते हो, ताड़ा भी 94641 3794 हाँ जी। आ भी ताड़ा आ दो आई ट्रैक्टर खड़े है, सोनालिका 750 तो सोनालिका जो RX 4 का 750 बाई ना कंटैक्ट करके तुम अगर बाय करना चाहते तो कर लो। यह है जी 2015 मॉडल, 435,000 प्राइस है जी। एशर 241-18 मॉडल, 2,80,000 प्राइस है जी। कंडीशन देख लो ट्रैक्टर की, साफ है जी। मैसी 5245 DI आ जाता जी, महामहान। तो इसका हैगा मॉडल जी 7,52,000 प्राइज है। तो कंडीशन तुम दे सकते हो, ताड़ा भी ट्रैक्टर नंबर बोल दोगे भाई? नंबर किवें? नंबर कंटैक्टर नंबर, कंटैक्ट नंबर, हाँ हाँ कंटैक्ट नंबर ही 79735 7412 हाँ जी। भी कंटैक्ट कर सकते हो, इधर 4 3600 99 मॉडल, 1,35,000 50 नंबर है जी। ये कंडीशन भी तुम दे सकते हो। तो वीडियो ज़्यादा लंबी हो जाएगी, मिलते हैं पार्ट नंबर 12 के।